ਇਸ ਵੇਲੇ ਆਪਣੇ ਵੀਰ ਭੈਣ ਅਫਗਾਨਿਸਤਾਨ ਦੇ ਵਿੱਚ ਜਿਹੜੇ ਰਹਿ ਰਹੇ ਆ ਉਹਨਾਂ ਨੂੰ ਬਹੁਤ ਤਕਲੀਫਾਂ ਆ ਰਹੀਆਂ। ਉੱਥੇ ਬੱਚੇ ਹੁਣ ਪਿਛਲੇ 7-8 ਸਾਲਾਂ ਤੋਂ ਸਕੂਲ ਨਹੀਂ ਜਾ ਸਕਦੇ। ਭੈਣਾਂ ਸਾਡੀਆਂ ਜਦ ਘਰ 'ਚੋਂ ਬਾਹਰ ਨਿਕਲਦੀਆਂ ਬੁਰਕਾ ਪਾ ਕੇ ਬਾਹਰ ਨਿਕਲਦੀਆਂ। ਵੀਰ ਸਾਡੇ ਆਪਣੇ ਕਾਰੋਬਾਰ ਨਹੀਂ ਚੱਜ ਨਾਲ ਕਰ ਸਕਦੇ। ਕਮਿਊਨਿਟੀ ਨੂੰ ਇਸ ਵੇਲੇ ਧਮਕੀਆਂ ਮਿਲ ਰਹੀਆਂ ਵੀ ਤੁਸੀਂ ਜਾਂ ਆਪਣਾ ਧਰਮ ਛੱਡੋ ਜਾਂ ਤੁਸੀਂ ਮੌਤ ਲਈ ਤਿਆਰ ਹੋ ਜਾਓ। ਇਹ ਪਰਿਵਾਰ ਬਿਲਕੁਲ ਗਰੀਬ ਪਰਿਵਾਰ ਰਹਿ ਗਏ ਆ। ਇਹਨਾਂ ਕੋਲ ਕੋਈ ਸਾਧਨ ਹੈ ਨਹੀਂ ਬਾਹਰ ਨਿਕਲਣ ਲਈ। ਇਹ ਪਾਕਿਸਤਾਨ ਤੱਕ ਨਹੀਂ ਜਾ ਸਕਦੇ, ਹੋਰ ਜਿਹੜੇ ਆਲੇ ਦੁਆਲੇ ਦੇਸ਼ ਅਫਗਾਨਿਸਤਾਨ ਦੇ ਉੱਥੇ ਨਹੀਂ ਜਾ ਸਕਦੇ। ਕੈਨੇਡਾ ਦੇ ਵਿੱਚ ਇੱਕ ਪ੍ਰੋਗਰਾਮ ਆ, ਆਪਾਂ 5 ਪਰਿਵਾਰ ਇੱਕ ਪਰਿਵਾਰ ਨੂੰ ਸਪੌਂਸਰ ਕਰ ਸਕਦੇ ਹਾਂ। ਮਸਲਾ ਇਹ ਆ ਵੀ ਇਹਨਾਂ ਨੂੰ ਸਭ ਤੋਂ ਪਹਿਲਾਂ ਅਫਗਾਨਿਸਤਾਨ ਛੱਡ ਕੇ ਕਿਸੇ ਹੋਰ ਕੰਟਰੀ ਵਿੱਚ ਜਾ ਕੇ ਉੱਥੋਂ ਆਪਾਂ ਸਪੌਂਸਰ ਕਰ ਸਕਦੇ ਹਾਂ। ਹਾਊਐਵਰ ਕੈਨੇਡਾ ਨੇ ਅੱਗੇ ਪਰਮਿਸ਼ਨ ਦਿੱਤੀਆਂ ਕਈ ਧਾਰਮਿਕ ਕਮਿਊਨਿਟੀਜ਼ ਨੂੰ ਵੀ ਤੁਸੀਂ ਅਫਗਾਨਿਸਤਾਨ 'ਚੋਂ ਡਾਇਰੈਕਟਲੀ ਸਪੌਂਸਰ ਕਰ ਸਕਦੇ ਹਾਂ ਆਪਣੇ ਪਰਿਵਾਰਾਂ ਨੂੰ। ਸੋ ਉਹਨਾਂ ਨੂੰ ਅਫਗਾਨਿਸਤਾਨ ਛੱਡ ਕੇ ਹੋਰ ਕਿਤੇ ਜਾਣ ਦੀ ਜ਼ਰੂਰਤ ਨਹੀਂ ਪੈਣੀ। ਇਹ ਪਰਿਵਾਰ ਪਾਕਿਸਤਾਨ ਜਾਂ ਹੋਰ ਜਿਹੜੇ ਬੋਰਡਰਿੰਗ ਕੰਟਰੀਜ਼ ਅਫਗਾਨਿਸਤਾਨ ਦੇ ਕੋਲ ਉੱਥੇ ਜਾ ਕੇ ਕਿੱਦਾਂ ਰਹਿਣ 5-6 ਸਾਲਾਂ ਲਈ ਜਿੰਨਾ ਚਿਰ ਕੈਨੇਡਾ ਪੇਪਰ ਵਰਕ ਨਹੀਂ ਪ੍ਰੋਸੈਸ ਕਰਦਾ। ਅਫਗਾਨਿਸਤਾਨ ਦੇ ਜਿਹੜੇ ਸਿੱਖ ਅਤੇ ਹਿੰਦੂ ਪਰਿਵਾਰ ਆ ਉਹਨਾਂ ਨੂੰ ਆਪਣੀ ਮਦਦ ਦੀ ਬਹੁਤ ਜ਼ਿਆਦਾ ਜ਼ਰੂਰਤ ਆ।